कंबाइन मशीन बचाने के चक्कर में ट्रक ड्राइवर ने अपना संतुलन खो दिया, जिसके चलते जो है उसका ट्रक हाईवे पर पलट गया। दरअसल मामला जो है मोगा बरनाला हाईवे से सामने, जहां पर चावल से भरा ट्रक पलट गया। जी हां, बिलासपुर के पास हुआ हादसा। तो चावल की बोरियों से लदा ट्रक पलट गया, जिसके चलते मौके पर पहुंचे गांव वासियों ने ट्रक ड्राइवर को ट्रक के अंदर से सुरक्षित बाहर निकाला। वहीं देरी की अभिनय सूचना मिलते ही सड़क सुरक्षा फोर्स की टीम जो है मौके पर पहुंची, हाईवे को क्लियर कराया। तो वहीं ट्रक चालक ने बताया कि वह धनोले से चावल लेकर अमृतसर जा रहा था। गांव बिलासपुर के पास पहुंचते ही उसके सामने एकदम से कंबाइन मशीन आ गई, जिसको बचाते हुए उसका ट्रक जो है फुटपाथ पर चढ़ गया और पलट गया, जिसके चलते उसका काफी नुकसान हुआ। वहीं गांव वासियों ने ट्रक पलटने की आवाज सुनते ही घटनास्थल पर पहुंचे और मौके से ड्राइवर को ट्रक के अंदर से सुरक्षित बाहर निकाला। फिलहाल ट्रक ड्राइवर जो है सुरक्षित है और किसी भी तरीके का जानी नुकसान नहीं हुआ है। वहीं इस मामले को लेकर ट्रक ड्राइवर, मौजूदा गांव वासी और पुलिस अधिकारी का भी बयान सामने आया है। क्या कुछ कहना, आइए उनके जुबानी सुनते हैं। सतपाल सिंह जी, सतपाल जी, किवें होया एक्सीडेंट? एक गड्डी मतलब कि जी मैं इधरों आ रहा थी, राम नाल आ रहा थी, आपदी आपदी मौज आ रहा थी जी। गड्डी 40-45 दी स्पीड ते थी मेरी गड्डी जी, ते राम नाल आ रहा मैं। हां, इधरों जदों एक ना बराबर इथे मतलब कि भी जदों आया मैं इथे खड़ी थी कंबाइन जी, ओदे लगे हाथ दी मूरे मतलब के हो की कहंदे कटर जी। उने जदों मैं बराबर आ गया जी, उन्हें ही घुमाती कंबाइन जी, एक लगता जी कंपा दिया, सारे बंदे देखते थे जी। उन्हें ऐ घुमाती जी, फिर मैं गड्डी कितने सुटा जी। हाँ, दसो जी, मैं फुटबॉल नहीं करती गड्डी। हाँ, फुटबॉल से गड्डी बड़ी पलट गई जी। मैं किधर करा जी गड्डी, दसो मैनू। जे फिर मैं कंबाइन च मार दागा, कंबाइन च मार दा तां कंबाइन वाले मरदे नेड़े मैं मरदा जी जी। ਤੁਸੀਂ ਪੂਰੀ ਕੋਸ਼ਿਸ਼ ਕੀਤੀ ਬਚਾਉਣ ਦੀ? ਹਾਂ, ਪੂਰੀ ਕੋਸ਼ਿਸ਼ ਕਰੀ ਮੈਂ ਬਚਾਉਣ ਦੀ। ਜਦੋਂ ਹੁਣ ਤੁਸੀਂ ਪਿੱਛਾ ਕੀਤਾ ਉਹ ਰੁਕੇ ਫਿਰ? ਨਹੀਂ ਜੀ, ਉਹ ਖਾਨੀ ਕਿੱਧਰ ਭੱਜ ਗਏ ਜੀ? ਉਹ ਲੱਭੇ ਨਹੀਂ ਜੀ। ਤੁਸੀਂ ਮਾਲ ਕਿੱਥੋਂ ਜਿਹੜਾ ਲੈ ਕੇ ਆਇਆ ਕਿੱਥੇ ਲੈ ਕੇ ਆਇਆ? ਮੈਂ ਤਾਂ ਜੀ ਅੰਮ੍ਰਿਤਸਰ ਜਾ ਰਿਹਾ ਸੀ ਮਾਲ ਲੈ ਕੇ, ਚੌਲ ਭਰੇ ਹੋਤੇ ਜੀ ਮੇਰੇ ਜੀ, ਚੌਲ ਲੈ ਕੇ ਅੰਮ੍ਰਿਤਸਰ ਜੀ। ਉਹ ਤੁਹਾਡੇ ਨਾਲ ਵੀ ਸੀ ਕੋਈ? ਇਕੱਲੇ ਜੀ? ਮੈਂ ਇਕੱਲਾ ਸੀਗਾ, ਮੈਂ ਤਾਂ ਮਸਾਂ ਨਿਕਲਿਆ ਜੀ ਜੀ। ਤੁਹਾਨੂੰ ਕਿਵੇਂ ਕੱਢਿਆ ਜੀ ਫਿਰ ਇਹਨਾਂ ਨੇ? ਇਹਨਾਂ ਲੋਕਾਂ ਨੇ ਕੱਢਿਆ ਜੀ ਮੈਨੂੰ, ਪਿੰਡ ਵਾਲਿਆਂ ਨੇ ਜੀ। ਹਾਂਜੀ, ਬਿਲਾਸਪੁਰ ਪਿੰਡ ਵਾਲਿਆਂ ਨੇ? ਹਾਂਜੀ, ਬਿਲਾਸਪੁਰ ਪਿੰਡ ਵਾਲਿਆਂ ਨੇ ਕੱਢਿਆ ਮੈਨੂੰ ਜੀ, ਇੱਥੋਂ ਜੀ ਫਸਿਆ ਹੋਇਆ ਮੈਂ। ਮੈਂ ਸ਼ੇਰਿੰਗ 'ਚ ਫਸ ਗਿਆ ਜੀ, ਇਹਨਾਂ ਲੋਕਾਂ ਨੇ ਕੱਢਿਆ ਜੀ ਮੈਨੂੰ। ਤੁਹਾਡੇ ਮਾਲਕ ਨਾਲ ਗੱਲ ਹੋਈ ਹੈ ਗੱਡੀ? ਨਹੀਂ, ਹਾਂ ਮਾਲਕ ਨਾਲ ਗੱਲ ਹੋਊਗੀ ਜੀ, ਮਾਲਕ ਆ ਰਹੇ ਨੇ। ਆ ਰਹੇ ਹੈ ਜੀ? ਮਾਲਕ ਆ ਰਹੇ ਜੀ। ਕੀ ਮੰਗ ਕਰਦੇ ਹੋ? ਮੰਗ ਤਾਂ ਜੀ ਇਹੀ ਕਰਦੇ ਆ ਵੀ ਸਾਡੀ ਮਤਲਬ ਕਿ ਵੀ ਗੱਡੀ ਦਾ ਨੁਕਸਾਨ ਜੀ ਤੇ ਸਾਡੇ ਚੌਲਾਂ ਦਾ ਨੁਕਸਾਨ ਜੀ ਸਾਨੂੰ ਮਿਲਣਾ ਚਾਹੀਦਾ। ਕਿਵੇਂ ਹਾਦਸਾ ਹੋਇਆ ਦੇਖਿਆ ਤੁਸੀਂ? ਇਹ ਹਾਦਸਾ ਦੇਖਿਆ ਸੀ ਜਦੋਂ ਖੜਕਾ ਹੋਇਆ। ਹਾਂਜੀ, ਸਾਨੂੰ ਨਹੀਂ ਪਤਾ ਲੱਗਿਆ ਜੀ, ਅਸੀਂ ਹੋ ਪਰੇ ਕਿੰਨੀ ਕੁ ਦੂਰੀ ਹੋਊਗੀ, ਛੱਪੜ ਦੇ ਕੋਲੇ ਆ ਜੀ, ਸਾਡਾ ਟਰੈਕਟਰ ਚੱਲ ਰਿਹਾ ਜੀ। ਹਾਂ, ਤੇ ਜਦੋਂ ਖੜਕਾ ਅਸੀਂ ਭੱਜ ਕੇ ਆਏ। ਹਾਂਜੀ, ਸਾਨੂੰ ਨਹੀਂ ਪਤਾ ਲੱਗਿਆ ਵੀ ਕਾਹਦੇ 'ਚ ਵੱਜੀ ਆ ਚੀਜ਼, ਕੀ ਹੋਇਆ। ਅਸੀਂ ਆਖਿਆ ਯਾਰ ਕੋਈ ਖੜਕਾ ਹੋਇਆ ਜੀ, ਹੈ ਜਦੋਂ ਭੱਜ ਕੇ ਆਏ ਅਸੀਂ ਡਰਾਈਵਰ ਨੂੰ ਬਾਹਰ ਕੱਢਿਆ ਜੀ, ਅਸੀਂ ਕੱਢਿਆ ਬਾਹਰ ਜੀ। ਕਿਹਦੀ ਗਲਤੀ ਲੱਗਦੀ ਹੈ ਤੁਹਾਨੂੰ? ਵੀ ਗਲਤੀ ਹੁਣ ਕੀ ਕਹਿ ਸਕਦੇ ਆ ਵੀ, ਨਾ ਤਾਂ ਅਸੀਂ ਮਸ਼ੀਨ ਦੇਖੀ ਆ ਵੀ ਕਿਹੜੀ ਮਸ਼ੀਨ ਸੀ। ਟਰੱਕ ਪਲਟੇ ਦੇਖਿਆ ਤੁਸੀਂ? ਟਰੱਕ ਪਲਟੇ ਹੀ ਦੇਖਿਆ ਸਿਰਫ ਅਸੀਂ। ਡਰਾਈਵਰ ਨੂੰ ਤੁਸੀਂ ਕੱਢਿਆ ਮੌਕੇ? ਹਾਂ, ਡਰਾਈਵਰ ਨੂੰ ਅਸੀਂ ਕੱਢਿਆ ਮੌਕੇ ਤੇ। ਅਸੀਂ ਆਖਿਆ ਵੀ ਕੋਈ ਗੱਲ ਐਕਸੀਡੈਂਟ ਹੋ ਗਿਆ, ਅਸੀਂ ਉੱਥੋਂ ਭੱਜ ਕੇ ਆਏ ਹਾਂ। ਬੰਦੇ ਨੂੰ ਬਚਾਉਣ ਦਾ ਆਪਣਾ, ਬੰਦੇ ਨੂੰ ਤਾਂ ਬਚਾਉਣ ਦਾ ਫਰਜ਼ ਬਣਦਾ ਹੀ ਆ ਜੀ। ਬਿਲਕੁਲ, ਹੈ ਜੀ ਜੀ। ਹਾਂ ਹਾਂ ਜੀ, ਇਕੱਠੇ ਸੀ ਦੋਨੇ ਕੰਮ ਕੱਕ ਸਿੰਘ। ਇਸੇ ਪਿੰਡ ਤੋਂ ਤੁਸੀਂ? ਨਹੀਂ, ਮੇਰਾ ਪਿੰਡ ਮੱਲੀਆਣਾ ਚੜਕ ਦੇ ਕੋਲ ਜੀ। ਹਾਂਜੀ, ਕਿਵੇਂ ਦਾ ਜਿਹੜਾ ਮਾਹੌਲ ਸੀ ਤੁਸੀਂ ਦੇਖਿਆ ਜਦੋਂ? ਮਾਹੌਲ ਦੇਖਿਆ ਬਾਈ ਜਦੋਂ ਪਿੱਛੋਂ ਖੜਕਾ ਹੋਇਆ ਨਾ ਜਦੋਂ। ਹਾਂਜੀ, ਮੈਂ ਇਹਨੂੰ ਪ੍ਰੀਤਮ ਨੂੰ ਕਿਹਾ, ਮੈਂ ਕਿਹਾ ਚੱਲ ਯਾਰ ਭੱਜ ਕੇ, ਮੇਰਾ ਨਾ ਗੱਡੀ ਯਾਰ ਕੋਈ ਨੁਕਸਾਨ ਹੋ ਗਿਆ ਕਿਸੇ ਦਾ। ਅਸੀਂ ਉਹਦੀ ਦਵਾ ਤਾਂ ਉੱਥੇ ਸਿੱਟਿਆ ਸਾਜ ਤੇ ਭੱਜ ਕੇ ਆ ਗਏ ਜੀ। ਆਉਂਦੇ ਵੇਖੇ ਗੱਡੀ ਪਲਟ ਗਈ, ਆ ਗਏ ਅਸੀਂ ਆਉਣ ਸਾਰੀ ਬਾਈ ਨੂੰ ਚੁੰਬੜ ਕੇ ਵਿਚਾਰੇ ਨੂੰ ਕੱਢਣ ਲੱਗ ਗਏ ਅਸੀਂ ਜੀ। ਉਹਦੀ ਅਸੀਂ ਇਹਨੂੰ ਵਿਚਾਰੇ ਨੂੰ ਕੱਢਿਆ, ਬਾਰੇ ਦਾ ਸਾਜ ਪਾ ਜਾਂ ਨੇੜੇ ਨੇੜੇ ਕੀਤਾ, ਕੱਲ ਪੱਤਰੀਆਂ ਜਿਹੜੇ ਗੱਡੀ 'ਚ ਖਿੱਲਦੀਆਂ ਤੁਹਾਨੂੰ ਪਤਾ ਹੀ ਆ ਜੀ, ਤੇ ਇਹਨੂੰ ਕੱਢਿਆ ਵਿਚਾਰੇ ਨੂੰ। ਐਵੇਂ ਤੁਹਾਨੂੰ ਅਸੀਂ ਕਹੀ ਆਈਏ, ਕਹਿੰਦੇ ਆ ਵੀ ਕੰਪੈਨ ਦਾ ਕਸੂਰ ਆ ਜੀ, ਕੰਪੈਨਾਂ ਹੁਣ ਲੰਘੀ ਜਾਂਦੇ, ਹੋ ਸਕਦਾ ਕੰਪੈਨ ਦਾ ਵੀ ਹੋ ਸਕਦਾ। ਜਿਵੇਂ ਹੁਣ ਬਾਈ ਡਰਾਈਵਰ ਦੱਸਿਆ, ਡਰਾਈਵਰ ਦਾ
ਵੱਧ ਪਤਾ ਜੀ ਜੀ ਹੁਣ ਸਾਡੇ ਕਹਿਣ ਮੁਤਾਬਕ ਨਾ ਤੁਸੀਂ ਰਹੋ ਹਾਂਜੀ ਤੁਸੀਂ ਇਹ ਡਰਾਈਵਰ ਦੇ ਪੱਖ ਦੀ ਗੱਲ ਹੀ ਕਰੋ ਵਿਚਾਰਦੇ ਨੇ ਜੇ ਵੇਖਿਆ ਤਾਂ ਹੀ ਗੱਡੀ ਪਲਟੀ ਆ ਤੁਸੀਂ ਮਤਲਬ ਜਾਨ ਬਚਾ ਲਈ ਉਹਦੀ ਹਾਂਜੀ ਹਾਂਜੀ ਜੇ ਉਹ ਹੋ ਸਕਦਾ ਕੰਪੈਨ ਚ ਮਾਰਦਾ ਕੰਪੈਨ ਵਾਲਾ ਵੀ ਮਰ ਜਾਂਦੇ ਜੀ ਉਹਨੂੰ ਬਚਾਉਣ ਦੀ ਖਾਤਰ ਵਿਚਾਰੇ ਨੇ ਆਹ ਕੁਝ ਕਰ ਲਿਆ ਸਾਨੂੰ ਪਤਾ ਲੱਗਿਆ ਇਹਦਾ ਐਕਸੀਡੈਂਟ ਦਾ ਜੀ ਕਰਕੇ ਐਕਸੀਡੈਂਟ ਹੋ ਗਿਆ ਜੀ ਜੀ ਆਪਣੇ ਐਮਐਲਏ ਸਾਹਿਬ ਦੇ ਘਰ ਕੋਲੇ ਜੀ ਅਸੀਂ 50-70 ਮਿੰਟਾਂ ਦੇ ਵਿੱਚ ਵਿੱਚ ਇੱਥੇ ਪਹੁੰਚ ਗਏ ਤੇ ਕੀ ਇਨਫੋਰਮੇਸ਼ਨ ਦਿੱਤੀ ਸਰ ਤੁਹਾਨੂੰ ਸਾਨੂੰ ਦੱਸੇ ਵੀ ਐਕਸੀਡੈਂਟ ਹੋਇਆ ਜੀ ਇਹ ਨਹੀਂ ਦੱਸਿਆ ਟ੍ਰਾਫਿਕ ਕੋਲ ਸੇਵ ਆ ਜੀ ਜੀ ਡਰਾਈਵਰ ਤੋਂ ਪੁੱਛਿਆ ਗਿਆ ਕੋਈ ਸੱਟ ਫੇਟ ਤਾਂ ਨਹੀਂ ਲੱਗੀ ਜੀ ਬਾਕੀ ਰੋਡ ਠੀਕ ਠਾਕ ਆ ਜੀ ਕੋਈ ਬੰਦੀ ਕਲੀਅਰ ਕਰਾ ਦਿੰਦੇ ਬਾਕੀ ਬੜਾ ਬੱਚੇ ਪਾਸੇ ਸੋ ਘਟਾ ਪਿਆ ਹੋਇਆ ਜੀ।